ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਪਦਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੋਤ ਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜਿਨ੍ਹਾਂ ਨੇ ਆਪਦਾ ਸਮਾਂ ਕੱਢ ਕਰਕੇ ਗੁਰੂ ਸਾਹਿਬ ਜੀ ਦੀ ਦਰਬਾਰ ਦੇ ਵਿੱਚ ਹਾਜ਼ਰੀ ਭਰੀ ਹੈ। ਦਾਸ ਤੋਂ ਪਹਿਲਾਂ ਰਾਗੀ ਅਰਸ਼ਦੀਪ ਸਿੰਘ ਜੀ, ਗਿਆਨੀ ਭਾਈ ਕੁਲਜੀਤ ਸਿੰਘ ਜੀ, ਗਿਆਨੀ ਭਾਈ ਤਰਜਿੰਦਰ ਸਿੰਘ ਜੀ, ਅਤੇ ਹੁਣ ਜੋ ਮਿੱਠੀ ਰਸਨਾ ਦੁਆਰਾ ਹਰ ਜਸ ਕੀਰਤਨ ਸਰਵਨ ਕਰਾ ਰਹੇ ਸੀ ਰਾਗੀ ਸੁਖਜਿੰਦਰ ਸਿੰਘ ਜੀ, ਜੋ ਦਾਸ ਤੋਂ ਪਹਿਲਾਂ ਲੱਗੇ ਸਨ, ਉਹ ਸਾਰੇ ਬਾਹਰ ਦੇ ਜੰਮਪਲ ਨੇ ਸਿੰਘ। ਇੱਥੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ 'ਤੇ ਆਏ ਸਨ। ਯਾਤਰਾ ਸ਼ੁਰੂ ਆਰੰਭ ਕੀਤਾ ਸੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਹੁਣ ਸਮਾਪਤੀ ਅੱਜ ਦੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ। ਆਪ ਜੀ ਨੇ ਸਾਨੂੰ ਸਾਰਿਆਂ ਨੂੰ ਨਿਵਾਜਿਆ ਹੈ, ਇਸ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਬਖਸ਼ਿਆ ਹੈ। ਜੋ 350 ਸਾਲਾ ਸ੍ਰੀ ਅਨੰਦਪੁਰ ਸਾਹਿਬ ਦੀ ਖਰੀਦਣ ਦਾ ਜੋ ਅਗਲੇ ਸਾਲ ਆ ਰਿਹਾ ਹੈ, ਉਸ ਸਮਾਗਮ ਦੇ ਵਿੱਚ ਸਮੂਹ ਸੰਗਤ ਹਾਜ਼ਰੀ ਭਰ ਰਹੀ ਹੈ। ਰਾਗੀ ਸੁਖਜਿੰਦਰ ਸਿੰਘ ਕੀਰਤਨ ਕਰ ਰਹੇ ਸਨ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਇੱਕ ਸਿੱਖ ਨੇ ਬੇਨਤੀ ਕੀਤੀ, ਸਾਧੂਆਂ ਦੀ ਸੰਗਤ ਦਾ ਫਲ ਦੱਸਣਾ ਕਰੋ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹ ਸਿੱਖ ਨੂੰ ਬਾਹਰ ਜੰਗਲਾਂ 'ਚ ਭੇਜਤਾ। ਉੱਥੇ ਇੱਕ ਬ੍ਰਿਸ਼, ਇੱਕ ਦਰਖਤ ਦੱਸਿਆ ਵੀ ਉੱਥੇ ਬੈਠ ਕੇ ਵਾਹਿਗੁਰੂ ਦਾ ਜਾਪ ਕਰੀ। ਉਹ ਸਿੱਖ ਜਦੋਂ ਪਹੁੰਚਿਆ, ਉੱਥੇ ਇੱਕ ਕਾਂ ਦੀ ਜੋੜੀ ਬੈਠੀ ਸੀ, ਘਰ ਦਾ ਤੇ ਘਰ ਦੀ। ਸਿੱਖ ਨੇ ਅੱਖਾਂ ਮੀਟ ਕੇ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ, ਸਾਰੀ ਦਿਹਾੜੀ ਬੈਠਾ ਰਿਹਾ। ਜਦੋਂ ਅੱਖਾਂ ਖੁੱਲੀਆਂ ਤੇ ਫਿਰ ਜਿੱਥੇ ਉਹ ਕਾਂ ਤੇ ਕਾਂ ਦੀ ਘਰ ਦੀ ਸੀ, ਉੱਥੇ ਇੱਕ ਬਗਲਾ ਤੇ ਬਗਲੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੋਲ ਫੇਰ ਗਿਆ ਵੀ ਸਤਿਗੁਰੂ ਸਾਹਿਬ ਜੀ, ਜੋ ਮੇਰਾ ਸਵਾਲ ਸੀ ਉਹਦਾ ਜਵਾਬ ਨਹੀਂ ਆਇਆ। ਸਤਿਗੁਰੂ ਸਾਹਿਬ ਜੀ ਨੇ ਫੇਰ ਕਿਹਾ ਵੀ ਕੱਲ੍ਹ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਫੇਰ ਉੱਥੇ ਜਾ ਕੇ ਬੈਠੀ। ਦੂਜੇ ਦਿਨ ਫੇਰ ਗਿਆ ਜਿੱਥੇ ਉਹ ਬਗਲਾ ਤੇ ਬਗਲੀ ਜੋੜੀ ਸੀ। ਇਹ ਸਿੱਖ ਨੇ ਵਾਹਿਗੁਰੂ ਦਾ ਜਾਪ ਫੇਰ ਕੀਤਾ, ਸਾਰੀ ਦਿਹਾੜੀ ਬੈਠਾ ਰਿਹਾ। ਜਦੋਂ ਅੱਖਾਂ ਖੁੱਲੀਆਂ, ਉੱਥੇ ਹੰਸਾਂ ਦੀ ਜੋੜੀ, ਘਰ ਦਾ ਤੇ ਘਰ ਦੀ। ਫੇਰ ਸਤਿਗੁਰੂ ਸਾਹਿਬ ਜੀ ਦੇ ਕੋਲ ਆਇਆ। ਸਤਿਗੁਰੂ ਸਾਹਿਬ ਜੀ ਨੇ ਤੀਜੇ ਦਿਨ ਫੇਰ ਭੇਜਿਆ। ਉਸ ਦਿਨ ਜਦੋਂ ਤੀਜੇ ਦਿਨ ਅੰਮ੍ਰਿਤ ਵੇਲੇ ਫੇਰ ਗਿਆ, ਉਹ ਹੰਸ ਦੀ ਜੋੜੀ ਬੈਠੀ ਸੀ। ਇਹਨੇ ਵਾਹਿਗੁਰੂ ਦਾ ਜਾਪ ਕੀਤਾ ਤੇ ਹੰਸ ਦੀ ਜੋੜੀ ਦੇ ਥਾਂ ਜਦੋਂ ਅੱਖਾਂ ਖੋਲੀਆਂ, ਉੱਥੇ ਮਨੁੱਖ, ਘਰ ਦਾ ਤੇ ਘਰ ਦੀ ਦੋਨਾਂ ਜੀਵਾਂ ਨੇ ਇਹਦੇ ਕੋਲ ਮੱਥਾ ਟੇਕਿਆ। ਇਹਨੇ ਆਪਦਾ ਸਵਾਲ ਪੁੱਛਿਆ। ਉਹ ਜੋੜੀ ਨੇ ਦੱਸਿਆ ਵੀ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਕੇ ਇੱਥੇ ਆਉਂਦਾ ਸੀ। ਇੱਕ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਗਤ, ਗੁਰੂ ਸਾਹਿਬ ਜੀ ਦੀ ਸੰਗਤ ਕਰਕੇ ਇੱਥੇ ਆਉਂਦਾ ਸੀ। ਅਸੀਂ ਤੇਰੀ ਸੰਗਤ ਕਰਦੇ ਸੀ, ਤੇਰੇ ਦਰਸ਼ਨ ਕਰਦੇ ਸੀ, ਤੂੰ ਵਾਹਿਗੁਰੂ ਦਾ ਜਾਪ ਇੱਥੇ ਕਰਦਾ ਸੀ। ਪਹਿਲਾਂ ਅਸੀਂ ਕਾਂ, ਤੋ ਫਿਰ ਬਗਲੇ, ਬਗਲੇ ਤੋਂ ਹੰਸ, ਹੁਣ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਨਾਲ ਆਪ ਜੀ ਦੀ ਸੰਗਤ, ਆਪ ਜੀ ਦੇ ਦਰਸ਼ਨ ਕਰਕੇ ਅਸੀਂ ਮਨੁੱਖੀ ਜਿਉਣ ਧਾਰੀ ਹੈ। ਤਿੰਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਪਰਸੇ ਜਾ ਕੇ ਗੁਰੂ ਸਾਹਿਬ ਜੀ ਨੇ ਸਿੱਖੀ ਬਖਸ਼ੀ, ਬ੍ਰਹਮ ਗਿਆਨ ਬਖਸ਼ਿਆ ਤੇ ਮੁਕਤ ਕਰਾਤੇ। ਜੋ ਇਹ ਦਿਹਾੜੇ ਅਸੀਂ ਮਨਾਉਂਦੇ ਹਾਂ, ਇਹ ਲਾਭ ਤਾਂ ਹੀ ਹੁੰਦੇ ਹਨ ਜੇ ਅਸੀਂ ਸੰਗਤ ਕਰੀਏ। ਇੱਥੇ ਸਿੰਘ ਸਾਹਿਬ ਜਥੇਦਾਰ ਗਿਆਨੀ ਮੱਲ ਸਿੰਘ ਜੀ ਅਤੇ ਹੋਰ ਪ੍ਰਬੰਧਕ ਵੀਰਾਂ ਨੇ ਇਹ ਜੋ 350 ਸਾਲਾ ਇੱਕ ਸਾਲ ਪਹਿਲਾਂ ਹੀ ਮਨਾਉਣ ਦਾ ਪ੍ਰੋਗਰਾਮ ਬਣ ਗਿਆ ਤੇ ਇਸ ਸੰਗਤਾਂ ਨੂੰ ਖੁਸ਼ੀਆਂ ਬਖਸ਼ਦੇ ਹੋਏ ਇਹ ਸਾਧ ਸੰਗਤ ਬਖਸ਼ੀ ਹੈ ਇਸ ਪ੍ਰੋਗਰਾਮਾਂ ਦੇ ਨਾਲ। ਅਸੀਂ ਇਹ ਨਹੀਂ ਸੋਚਣਾ ਵੀ ਮੱਥਾ ਟੇਕ ਕੇ ਘਰਾਂ ਨੂੰ ਚੱਲ ਜਾਣਾ। ਇਹ ਬਹੁਤ ਕੀਮਤੀ ਸਮਾਂ ਹੈ। ਅਸੀਂ ਜੋ ਬਾਹਰ ਦੀ ਸੰਗਤਾਂ ਹਾਂ, ਇੱਦਾਂ ਦੇ ਸਮੇਂ ਅਸੀਂ ਬਹੁਤ ਲੋਚਦੇ ਹਾਂ।
ਵੀ ਗੁਰੂ ਸਾਹਿਬ ਦੇ ਪ੍ਰਾਤਨ ਅਸਥਾਨਾਂ ਤੇ ਸੰਗਤ ਦਾ ਮੌਕਾ ਸਾਨੂੰ ਮਿਲੇ। ਤੁਸੀਂ ਬਹੁਤ ਵਡਭਾਗੀ ਹੋ ਇਸ ਧਰਤੀ, ਇਸ ਪੰਜਾਬ ਦੀ ਧਰਤੀ ਤੇ ਰਹਿ ਕੇ ਸਤਿਗੁਰੂ ਸਾਹਿਬ ਜੀ ਜਿੱਥੇ ਜਿੱਥੇ ਕੌਤਕ ਕੀਤੇ ਸਨ ਉਹ ਉਹਨਾਂ ਦੇ ਚਰਨ ਪਰਸ ਰਹੇ ਹੋ। ਕੁਛ ਵੀਰ ਸਾਖੀਆਂ ਤੇ ਨਹੀਂ ਸ਼ਰਧਾ ਰੱਖਦੇ, ਪਰ ਇਹਦੇ ਸਾਖੀ ਤੇ ਉਦਾਹਰਣ ਅਸੀਂ ਇਸ ਤਰ੍ਹਾਂ ਲੈਣੀ ਹੈ। ਜਦੋਂ ਗੁਰਸਿੱਖ ਸਤਸੰਗ ਦੇ ਵਿੱਚ ਆਉਂਦਾ ਉਹ ਸਮਝ ਲਓ ਨਿਮਰਤਾ ਰੂਪ ਚ ਆਉਂਦਾ, ਬਾਹਰੋਂ ਵੀ ਕਾਲਾ ਹੁੰਦਾ ਅੰਦਰੋਂ ਵੀ ਖੋਟਾ ਹੁੰਦਾ। ਜੇ ਅਸੀਂ ਇਸ ਨਿਮਰਤਾ ਵਿੱਚ ਸਤਿਗੁਰੂ ਸਾਹਿਬ ਜੀ ਦੇ ਸ਼ਰਨ ਦੇ ਵਿੱਚ ਆਈਏ ਫਿਰ ਸਾਨੂੰ ਬਖਸ਼ਾਂ ਮਿਲਦੀਆਂ ਹਨ। ਉਹ ਤੁਸੀਂ ਸਮਝੋ ਜਿਸ ਤਰ੍ਹਾਂ ਉਹ ਕਾਂ ਦੀ ਜੋੜੀ, ਕਾਂ ਬਾਹਰੋਂ ਵੀ ਕਾਲਾ ਹੁੰਦਾ ਅੰਦਰੋਂ ਵੀ ਖੋਟਾ ਹੁੰਦਾ। ਜਿਸ ਤਰ੍ਹਾਂ ਅਸੀਂ ਸਤਸੰਗ ਕਰਾਂਗੇ ਸਾਡਾ ਬਾਹਰਲਾ ਭੇਸ ਬਦਲੂਗਾ। ਕੁਛ ਕਬੀਰ ਸਮਝਦੇ ਹਨ ਵੀ ਮਨ ਹੀ ਸਾਫ਼ ਹੋਣਾ ਚਾਹੀਦਾ ਹੈ, ਪਰ ਸਤਿਗੁਰੂ ਸਾਹਿਬ ਜੀ ਦਾ ਫਰਮਾਨ ਹੈ ਭਰੀ ਹੈ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਅੰਦਰਲਾ ਸਾਡਾ ਸਾਫ਼ ਨਾਮ ਜਪ ਕੇ ਹੀ ਹੁੰਦਾ ਹੈ, ਉੱਦਾਂ ਨਹੀਂ ਸਾਫ਼ ਹੋ ਸਕਦਾ, ਗੱਲਾਂ ਨਾਲ ਨਹੀਂ ਸਾਫ਼ ਹੋ ਸਕਦਾ, ਨਾਮ ਜਪ ਕੇ ਹੀ ਸਾਫ਼ ਹੁੰਦਾ। ਤੇ ਨਾਮ ਜਿਸ ਤਰ੍ਹਾਂ ਭਾਈ ਤਰਜਿੰਦਰ ਸਿੰਘ ਨੇ ਦੱਸਿਆ ਉਹ ਪੰਜਾਂ ਪਿਆਰਿਆਂ ਤੋਂ ਮਿਲਣਾ ਸੀਸ ਦੇ ਕੇ। ਪੰਜਾਂ ਪਿਆਰਿਆਂ ਨੇ ਤਾਂ ਅਸਲੀ ਸੀਸ ਦਿੱਤੇ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੀਸ ਕੱਟੇ ਸੀ ਸਾਨੂੰ, ਤੋਂ ਸੀਸ ਹੁਣ ਉੱਦਾਂ ਹੀ ਅੰਦਰੋਂ ਹੀ ਸੀਸ ਦਿੰਦੇ ਹਾਂ ਮੱਥਾ ਟੇਕ ਕੇ। ਉਹ ਜੋ ਉਹ ਕਰਕੇ ਅਸੀਂ ਕਰ ਨਹੀਂ ਸਕਦੇ ਭਵਾਂ 100 ਜਨਮ ਧਾਰ ਲਈਏ। ਚੱਲ ਰਹੋ ਵਿਚਾਰ, ਪਹਿਲਾਂ ਬਾਹਰਲੀ ਸ਼ੁੱਧੀ ਹੁੰਦੀ ਹੈ, ਜਿਸ ਤਰ੍ਹਾਂ ਬਗਲੇ ਹੁੰਦੇ ਹਨ ਉਹ ਬਾਹਰੋਂ ਚਿੱਟੇ ਹੁੰਦੇ ਹਨ ਪਰ ਅੰਦਰੋਂ ਫੇਰ ਵੀ ਖੋਟੇ ਕੁਛ ਹੁੰਦੇ ਹਨ। ਅਸੀਂ ਚਿੱਟਾ ਬਾਹਰੋਂ ਕਿੱਦਾਂ ਬਣਨਾ, ਅਸੀਂ ਕੇਸ ਰੱਖਣੇ ਹਨ ਪਰ ਵੱਟੇ ਨਹੀਂ ਮੁੰਨਣੇ, ਕੇਸਾਂ ਦੇ ਵਿੱਚ ਰੰਗ ਨਹੀਂ ਲਾਉਣਾ, ਦਾੜੀ ਨਹੀਂ ਕੱਟਣੀ, ਕੇਸਾਂ ਦੀ ਬੇਅਦਬੀ ਪੈਰਾਂ ਦੇ ਗੂਠੇ ਤੋਂ ਲੈ ਕੇ ਸਿਰਾਂ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕਕਾਰ ਅਸੀਂ ਧਾਰਨੇ ਹਨ। ਇਹ ਜੋ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ, ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖ਼ਤ ਸਾਹਿਬ ਦੇ ਅਸਥਾਨ ਤੇ ਜਦੋਂ ਸੀਸ ਲਏ ਸਾਡਾ ਤਖ਼ਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ, ਕੇਸਾਂ ਦਾ ਗੜ੍ਹ, ਕੇਸ ਹੀ ਗੁਰੂ ਦੀ ਮੋਹਰ ਹਨ। ਪਹਿਲਾ ਕਕਾਰ ਸਾਨੂੰ ਜਦੋਂ ਅਸੀਂ ਜਨਮ ਧਾਰਿਆ ਉਹ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਭੇਜਦੇ ਹਨ, ਬਾਕੀ 4 ਕਕਾਰ ਸਾਨੂੰ ਇਸ ਦੁਨੀਆਂ ਦੇ ਵਿੱਚ ਅਸੀਂ ਲੈ ਕਰਕੇ ਧਾਰ ਕੇ ਕਛਹਿਰਾ ਕੰਘਾ ਕੜਾ ਕਿਰਪਾਨ ਫੇਰ ਪੰਜਾਂ ਪਿਆਰਿਆਂ ਕੋਲ ਹਾਜ਼ਰ ਹੁੰਦੇ ਹਾਂ। ਪਹਿਲਾਂ ਅਸੀਂ ਬਾਹਰੋਂ ਚਿੱਟੇ ਹੁੰਦੇ ਹਾਂ, ਉਹ ਸਾਡਾ ਨਵਾਂ ਜਨਮ ਹੁੰਦਾ ਹੈ। ਇਹ ਨਾ ਸੋਚੀਏ ਵੀ ਅੰਦਰੋਂ ਸਾਫ਼ ਹੀ ਹੋਣਾ ਚਾਹੀਦਾ, ਬਾਹਰ ਦੀ ਲੋੜ ਨਹੀਂ ਹੈਗੀ, ਜੋ ਕਿਰਪਾਨਾਂ ਵੱਡੀਆਂ ਪਾਈਆਂ ਜੋ ਦਸਤਾਰੇ ਸਜਾਏ ਇਹਦੀ ਲੋੜ ਨਹੀਂ ਹੈਗੀ। ਇਹ ਨਾ ਸਮਝਿਓ, ਲੋੜ ਪਹਿਲਾਂ ਬਾਹਰ ਦੀ ਹੈ। ਫੇਰ ਜਿਸ ਤਰ੍ਹਾਂ ਹੰਸ ਬਾਹਰੋਂ ਵੀ ਚਿੱਟਾ ਹੁੰਦਾ ਹੈ ਤੇ ਅੰਦਰੋਂ ਵੀ ਚਿੱਟਾ ਹੁੰਦਾ ਹੈ, ਅਸੀਂ ਫਿਰ ਰਹਿਤ ਪੰਜਾਂ ਪਿਆਰੇ ਸਾਨੂੰ ਦੱਸਣਗੇ। ਉਸ ਰਹਿਤ ਦੇ ਧਾਰਨੀ ਹੋ ਕਰਕੇ ਅਸੀਂ ਸੱਤਾਂ ਬਾਣੀਆਂ ਦਾ ਨਿਤਨੇਮ ਕਰਨਾ, ਸੇਵਾ ਸਿਮਰਨ ਦੇ ਵਿੱਚ ਜੁੜਨਾ, ਤਾਂ ਹੀ ਫਿਰ ਅਸੀਂ ਅੰਦਰੋਂ ਸੱਚੇ ਸੁੱਚੇ ਹੋਵਾਂਗੇ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਸੀ, ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਜਪ ਕੇ ਹੀ ਅੰਦਰੋਂ ਅਸੀਂ ਸਾਫ਼ ਹੋਣਾ, ਹੋਰ ਤਰ੍ਹਾਂ ਅਸੀਂ ਸਾਫ਼ ਨਹੀਂ ਹੋ ਸਕਦੇ। ਜੇ ਅਸੀਂ ਦੋਨੋਂ ਬਾਹਰ ਦੀ ਰਹਿਤ ਤੇ ਅੰਦਰਲੀ ਰਹਿਤ ਰੱਖਾਂਗੇ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦੱਸਦੇ ਹਨ ਗੁਰਸਿੱਖੀ ਦਾ ਮਾਰਗ ਜਿਸ ਤਰ੍ਹਾਂ ਪੰਛੀ ਦੇ ਦੋ ਫੰਗ ਹੁੰਦੇ ਹਨ, ਬਾਣੀ ਤੇ ਬਾਣਾ, ਜਦੋਂ ਸਾਨੂੰ ਦੋਨੋਂ ਮਿਲ ਜਾਣ, ਅੰਦਰੋਂ ਵੀ ਬਾਣੀ ਦੀ ਪਰਪੱਕਤਾ ਬਾਹਰੋਂ ਵੀ ਬਾਣਾ ਦਾ ਪਰਪੱਕਤਾ, ਫੇਰ ਅਸੀਂ ਪੰਛੀ ਵਾਂਗੂ ਉੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਸਕਦੇ ਹਨ। ਸੋ ਮਨੁੱਖੀ ਜੀਵ ਜੋ ਸਭ ਤੋਂ ਉੱਤਮ 84 ਲੱਖ ਜੀਵਨਾਂ ਦੇ ਵਿੱਚ ਉੱਤਮ ਹੈ, ਤੁਸੀਂ ਸਮਝ ਲਓ ਜਦੋਂ ਸੰਗਤ ਵਿੱਚ ਆਵਾਂਗੇ ਪਹਿਲਾਂ ਬਾਹਰੋਂ ਸੁੱਚੇ, ਫਿਰ ਬਾਹਰ ਦੇ ਨਾਲ ਨਾਲ ਅੰਦਰੋਂ ਸੁੱਚੇ, ਫਿਰ ਜਦੋਂ ਅੰਦਰੋਂ ਬਾਹਰੋਂ ਦੋਨੋਂ ਸੁੱਚੇ ਹੋ ਗਏ ਫਿਰ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਵਿੱਚ ਨਿਵਾਸ ਮਿਲੂਗਾ, ਇਸ 84 ਲੱਖ ਜੀਵਨਾਂ ਵਿੱਚੋਂ ਮੁਕਤੀ ਮਿਲੂਗੀ। ਭਾਈ ਦਾਨ ਸਿੰਘ ਨੇ ਸਿੱਖੀ ਮੰਗੀ ਸੀ, ਮਾਲਵੇ ਦੇ ਸਿੱਖਾਂ ਨੂੰ ਬਚਾਇਆ ਸੀ, ਉੱਥੇ ਬਰਾੜਾ ਨੇ ਤਨਖਾਹ ਮੰਗ ਲਈ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸੋਂ, ਪਰ ਭਾਈ ਦਾਨ ਸਿੰਘ ਜੀ ਨੇ ਸਿੱਖੀ ਮੰਗੀ ਸੀ। ਉਹ ਕੇਸਾਂ ਦੀ ਬੇਅਦਬੀ ਕਰਦਾ ਸੀ, ਨਸ਼ੇ ਪੱਤੇ ਕਰਦਾ ਸੀ, ਗੁਰੂ ਸਾਹਿਬ ਜੀ ਨੇ ਉਹਦੇ ਨਸ਼ੇ ਪੱਤੇ ਛਡਾਏ, ਕੇਸ ਰਖਾਏ,
ਤੇ ਗੁਰੂ ਵਾਲਾ ਬਣਾਇਆ, ਤੀਰ ਉਹਦੇ ਉੱਪਰ ਰੱਖ ਕਰਕੇ ਨਰਕ ਦਿਖਾ ਦੇ ਸੀ ਵੀ ਜੇ ਗੁਰੂ ਵਾਲਾ ਨਹੀਂ ਬਣਦਾ ਫਿਰ ਨਰਕਾਂ 'ਚ ਹੀ ਜਾਣਾ ਪੈਂਦਾ ਹੈ। ਅਸੀਂ ਡਰਾਉਣ ਨਹੀਂ ਆਏ ਜਾਂ ਅਸੀਂ ਕਿਸੇ 'ਤੇ ਛੱਡਣ ਨਹੀਂ ਆਏ ਵੀ ਅਸੀਂ ਜ਼ਿਆਦਾ ਵੱਡਿਆਂ ਬਾਹਰ ਲਏ ਵੀ ਅਸੀਂ ਬਾਣੇ ਪਾਏ ਆ ਜਾਂ ਅਸੀਂ ਸਿੱਖੇ ਦਸਤਾਰਾਂ ਬੀਬੀਆਂ ਨੇ ਵੀ ਸਜਾਈਆਂ ਨੇ, ਇਹ ਨਾ ਸਮਝਿਓ। ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਵੀ ਅਸੀਂ ਸਾਰੀ ਗੁਰਸਿੱਖ ਸੰਗਤ ਹਾਂ, ਭਾਵਾਂ ਇੱਧਰ ਦੀ ਹਾਂ ਭਾਵਾਂ ਬਾਹਰ ਦੇ ਹਾਂ, ਇਹੀ ਬੇਨਤੀ ਆ ਵੀ ਜੋ ਗੁਰੂ ਸਾਹਿਬ ਨੇ ਮਾਰਗ ਦੱਸਿਆ ਉਹਦੇ ਤੇ ਤੁਰੋ, ਸਤਸੰਗਤ ਕਰੋ। ਪਰ ਜਦੋਂ ਸਤਸੰਗਤ ਕਰਨੀ ਹੈ ਕੁਛ ਗ੍ਰਹਿਣ ਕਰਕੇ ਜਾਓ, ਇੱਥੇ ਅਸੀਂ ਪਾਪ ਛੱਡਣੇ ਹੈ, ਗੁਰੂ ਸਾਹਿਬ ਦੀ ਅਸੀਸਾਂ ਖੁਸ਼ੀਆਂ ਲੈ ਕੇ ਜਾਣਾ ਹੈ। ਜੇ ਅਸੀਂ ਪਾਪ ਨਾ ਛੱਡੇ ਗੁਰੂ ਸਾਹਿਬ ਕੋਲ ਫਿਰ ਉਹੀ ਸਾਡੇ ਘਰਾਂ ਦੇ ਵਿੱਚ ਉਹੀ ਟੈਨਸ਼ਨਾਂ ਦੇ ਵਿੱਚ ਅਸੀਂ ਫਿਰਦੇ ਰਹਿਣੇ ਹਾਂ, ਸਾਡਾ ਕੋਈ ਭਲਾ ਨਹੀਂ ਹੁੰਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਦਾਸ ਖੀਮਾ ਦਾ ਜਾਚਕ ਬਣਦਾ ਹੈ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਹੋਰ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਸਾਰੇ ਜਥੇ ਨੂੰ ਇੱਥੇ ਪ੍ਰੋਗਰਾਮ ਦੇ ਵਿੱਚ ਸਮਾਂ ਬਖਸ਼ਿਆ ਹੈ। ਦਾਸ ਤੋਂ ਬਾਅਦ ਹੁਣ ਗਿਆਨੀ ਨਛੱਤਰ ਸਿੰਘ ਜੀ ਕੁਛ ਸਮੇਂ ਵਾਸਤੇ ਕਥਾ ਵਿਚਾਰਾ ਕਰਨਗੇ। ਜਦ ਤੱਕ ਗਿਆਨੀ ਨਛੱਤਰ ਸਿੰਘ ਸਟੇਜ ਤੇ ਆਉਂਦੇ ਹਨ ਦਾਸ ਅੱਗੇ ਬੋਲੂਗਾ, ਸਾਧ ਸੰਗਤ ਪਿੱਛੇ ਪਿੱਛੇ ਬੋਲੀਏ। ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਿਤਾ ਵਾਰਤਾ ਇਹੀ ਅਸਥਾਨ ਤੇ ਸੀਸ ਗੁਰੂ ਸਾਹਿਬ ਜੀ ਕੋਲ ਆਇਆ ਸੀ, ਜੋ ਬੱਚੇ ਸਾਹਿਬਜ਼ਾਦੇ ਵਾਰਤੇ ਅਸੀਂ ਉਸ ਕਲਗੀਧਰ ਪਿਤਾ ਦੇ ਗੁਣ ਗਾਉਣੇ ਹਨ। ਦਾਸ ਅੱਗੇ ਬੋਲੂ ਜੀ ਸਮੂਹ ਸਾਧ ਸੰਗਤ ਦਾ ਧੰਨਵਾਦ। ਜੋ ਕਿਸੇ ਸ਼ਾਨ ਦੇ ਖਿਲਾਫ ਬੋਲ ਗਿਆ ਹੋਵੇ ਜਾਂ ਹੋਰ ਮੈਂ ਪਿਛਲੇ ਸਾਡੇ ਵੀਰ ਬੋਲ ਗਏ ਹੋਣ ਸਮੂਹ ਚਰਨਾਂ ਦੇ ਵਿੱਚ ਮਾਫ਼ੀ ਮੰਗਦਾ ਹਾਂ। ਦੇਹੋ ਸੱਜਣ ਸੀਸੜਿਆਂ ਜੋ ਹੋਵੇ ਸਾਹਿਬ ਸੁਮੇ ਲੇਖਿਆ ਕਤਹਿ ਨਾ ਛੁੱਟੀਐ ਖਿਨ ਖਿਨ ਭੁੱਲਣਹਾਰ ਬਖਸਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।